ਕੀਤੀ। ਉਹਨਾਂ ਦੇ ਮਾਤਾ ਜੀ ਦਾ ਇੱਕ ਬਿਆਨ ਆਇਆ ਔਰ ਉਸ ਬਿਆਨ ਤੋਂ ਬਾਅਦ ਅਚਾਨਕ ਇਹ ਚਰਚਾ ਛਿੜ ਗਈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਪਾਲਾ ਬਦਲ ਲਿਆ ਜਾਂ ਫਿਰ ਉਹਨਾਂ ਨੇ ਆਪਣੀ ਪਾਰਟੀ ਹੀ ਬਦਲ ਲਈ। ਉਹ ਵੋਟ ਖਾਲਿਸਤਾਨ ਦੀ ਵੋਟ ਨਹੀਂ ਹੈ, ਉਹ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਹੈ, ਨਸ਼ੇ ਦੇ ਖਿਲਾਫ਼ ਵੋਟ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਖਿਲਾਫ਼ ਵੋਟ ਹੈ। ਇਹ ਲੋਕ ਸਿਆਸਤਦਾਨ ਬੜਾ ਇਹਨੂੰ ਪਲੇ ਕਰਦੇ ਪੰਜਾਬ ਦੇ ਨਾਲ। ਭਾਈ ਅੰਮ੍ਰਿਤਪਾਲ ਸਿੰਘ ਉਹ ਸ਼ਖਸ ਹੈ ਜਿਹੜੇ ਇੱਕ ਸਮੇਂ ਦੇ ਉੱਤੇ ਸੰਵਿਧਾਨ ਨੂੰ ਨਕਾਰ ਰਹੇ ਸੀ। ਤੁਹਾਨੂੰ ਪਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਦੀਆਂ ਕਾਪੀਆਂ ਫਾੜੀਆਂ ਸੀ। ਜੇ 40 ਸਾਲ ਬਾਅਦ ਅੱਜ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਦਿੱਲੀ ਦੰਗਿਆਂ ਦਾ ਜਾਂ ਹੋਰ ਜਿਹੜੇ ਦੰਗੇ ਹੋਏ ਹਿੰਦੁਸਤਾਨ ਦੇ ਵਿੱਚ, ਤਾਂ ਸਿੱਖ ਕੀ ਕਰਨਗੇ? ਉਹ ਸੰਵਿਧਾਨ ਨੂੰ ਮੰਨਣਗੇ? ਭਾਈ ਅੰਮ੍ਰਿਤਪਾਲ ਨੇ ਤਾਂ ਇਹੀ ਕਹਿਣਾ ਨਾ ਵੀ ਜਦੋਂ ਸਾਡਾ ਰਾਜ ਹੋਊਗਾ, ਸਿੱਖ ਰਾਜ ਹੋਊਗਾ ਜਾਂ ਸਿੱਖਾਂ ਦਾ ਰਾਜ ਹੋਊਗਾ ਜਾਂ ਸਾਡੀ ਸਟੇਟ ਅਲੱਗ ਬਣੂਗੀ, ਫਿਰ ਇਹ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ਼ ਮਿਲੇਗਾ। ਭਾਈ ਅੰਮ੍ਰਿਤਪਾਲ ਇਹੀ ਤਾਂ ਕਹਿੰਦਾ ਸੰਵਿਧਾਨ ਦੇ ਵਿੱਚ ਹਿੰਦੁਸਤਾਨ ਸਾਰਾ ਇੱਕ ਹੈ, ਇੱਥੋਂ ਦੇ ਵਾਸੀ ਇੱਕ ਹੈ, ਫਿਰ ਤੁਸੀਂ ਹਿਮਾਚਲ ਜ਼ਮੀਨ ਕਿਉਂ ਨਹੀਂ ਲੈ ਸਕਦੇ? ਮੈਨੂੰ ਇਹ ਦੱਸੋ ਨਾ, ਫਿਰ ਆ ਕੇ ਪੰਜਾਬ 'ਚ ਆ ਕੇ ਸੰਵਿਧਾਨ ਖਤਮ ਹੋ ਜਾਂਦਾ? ਹਿੰਦੂ ਜਿਹੜਾ ਕਹਿੰਦਾ ਨਹੀਂ, ਹਿੰਦੂ ਨੂੰ ਕੀ ਹੈ, ਸਾਰੇ ਰਹਿ ਰਹੇ ਨੇ ਇੱਥੇ, ਹੁਣ ਵੀ ਰਹਿ ਰਹੇ, ਉਦੋਂ ਵੀ ਰਹਿਣਗੇ। ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਤਾਂ ਇਹੀ ਕਿਹਾ ਨਾ, ਸਾਡੇ ਹਿੰਦੂਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਸਾਡੀ ਸਾਰਿਆਂ ਦੀ ਆਸਥਾ ਹੈ। ਕੋਈ ਕਹਿ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਬਦਲ ਗਏ ਕੁਰਸੀ ਲੈ ਕੇ, ਅਤੇ ਕੋਈ ਕਹਿ ਰਿਹਾ ਕਿ ਨਹੀਂ ਉਹ ਸਹੀ ਹੈ, ਤੁਹਾਨੂੰ ਕੀ ਲੱਗਦਾ? ਯਾਰ ਕੁਰਸੀ ਲੈ ਕੇ ਅਗਲਾ ਜੇਲ੍ਹ ਤੋਂ ਬੈਠਾ 2-2.5 ਸਾਲ ਤੋਂ। ਪੰਜਾਬ ਨੂੰ ਰਾਜਧਾਨੀ ਦੇ ਦਿਓ, ਪੰਜਾਬ ਦਾ ਪਾਣੀ ਪੰਜਾਬ ਨੂੰ ਦੇ ਦਿਓ, ਪੰਜਾਬ 'ਚੋਂ ਡਰੱਗ ਖਤਮ ਕਰ ਦਿਓ, ਪੰਜਾਬ 'ਚੋਂ ਕੈਂਸਰ ਖਤਮ ਕਰ ਦਿਓ, ਪੰਜਾਬ ਦਾ ਨੌਜਵਾਨ ਨਸ਼ੇ 'ਚੋਂ ਕੱਢ ਦਿਓ। ਤੁਸੀਂ ਮੈਨੂੰ ਦੱਸੋ ਖਾਲਿਸਤਾਨ ਦੀ ਮੰਗ ਕਰਨਗੇ ਭਾਈ ਅੰਮ੍ਰਿਤਪਾਲ? ਜੇ ਰਾਜ ਹੀ ਇੱਥੇ ਵਧੀਆ ਹੋ ਗਿਆ, ਲੋਕਾਂ ਨੂੰ ਇਨਸਾਫ਼ ਹੀ ਮਿਲਣ ਲੱਗ ਪਿਆ, ਤਾਂ ਆਪੇ ਹੀ ਖਾਲਸਾ ਦਾ ਰਾਜ ਹੋ ਗਿਆ। ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹੁਣ ਚਰਚਾਵਾਂ ਇੱਕ ਲਹਿਦਾ ਟੋਪਿਕ ਵੱਲ ਵੱਧਦੀਆਂ ਨਜ਼ਰ ਆ ਰਹੀਆਂ ਨੇ। ਹੁਣ ਪੰਥਕ ਪੱਧਰ ਦੇ ਉੱਤੇ ਹੀ 2 ਅੱਡ-ਅੱਡ ਧੜੇ ਬਣਦੇ ਨਜ਼ਰ ਆ ਰਹੇ ਆ, ਇੱਕ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰ ਰਹੇ ਨੇ ਅਤੇ ਦੂਜੇ ਜਿਹੜੇ ਉਹਨਾਂ ਦੇ ਖਿਲਾਫ਼ ਖੜ੍ਹਦੇ ਪਏ ਨੇ। ਇਹਦਾ ਕਾਰਨ ਵੀ ਇਸ ਕਰਕੇ ਬਣ ਗਿਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਇੱਕ ਬਿਆਨ ਦੇ ਜਾਂਦੇ ਨੇ, ਜਿਸ ਬਿਆਨ ਦੇ ਵਿੱਚ ਉਹ ਸਾਫ਼ ਕਹਿ ਜਾਂਦੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਖਾਲਿਸਤਾਨੀ ਸਮਰਥਕ ਤਾਂ ਹੈ ਹੀ ਨਹੀਂ, ਉਹ ਤਾਂ ਸੰਵਿਧਾਨ ਦੇ ਅਧੀਨ ਡਟ ਕੇ ਚੋਣ ਮੈਦਾਨ 'ਚ ਖੜ੍ਹੇ ਅਤੇ ਉਸ ਤੋਂ ਬਾਅਦ ਸੰਵਿਧਾਨ ਅਧੀਨ ਹੀ ਚੋਣ ਜਿੱਤੀ ਅਤੇ ਹੁਣ ਸੰਵਿਧਾਨ ਦੀ ਸਹੁੰ ਚੱਕ ਕੇ ਅਤੇ MP ਬਣੇ ਨੇ। ਹੁਣ ਇੱਥੇ ਆ ਕੇ ਗੱਲ ਖੜ੍ਹਦੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਜਿਹੜੇ ਸ਼ੁਰੂਆਤੀ ਸਮੇਂ ਦੇ ਵਿੱਚ ਜਦੋਂ ਪੰਜਾਬ 'ਚ ਵਿਚਰਨ ਲੱਗੇ ਸੀ, ਜਦੋਂ ਬਾਣਾ ਧਾਰਿਆ ਸੀਗਾ, ਉਸ ਵੇਲੇ ਤਾਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਰਹੇ, ਖਾਲਿਸਤਾਨ ਪੱਖੀ ਗੱਲਾਂ ਕਰਦੇ ਰਹੇ, ਔਰ ਹੁਣ ਅਚਾਨਕ ਆ ਕੇ ਖਾਲਿਸਤਾਨੀ ਸਮਰਥਕ ਨਹੀਂ ਹੈਗੇ, ਇਹ ਕਿਸ ਤਰ੍ਹਾਂ ਕਹਿ ਦਿੱਤਾ ਗਿਆ? ਔਰ ਹੁਣ ਅਚਾਨਕ ਆ ਕੇ ਸੰਵਿਧਾਨ ਪ੍ਰੇਮੀ ਕਿਸ ਤਰ੍ਹਾਂ ਬਣ ਗਏ? ਉਹ ਜਿਹੜੇ ਸੰਵਿਧਾਨ ਦੀ ਉਲੰਘਣਾ ਕਰਦੇ ਸੀਗੇ, ਉਹ ਜਿਹੜੇ ਸੰਵਿਧਾਨ ਨੂੰ ਮੰਨਣ ਲਈ ਤਿਆਰ ਨਹੀਂ ਸੀਗੇ, ਉਹ ਅਚਾਨਕ ਸੰਵਿਧਾਨ ਦੀ ਸਹੁੰ ਚੱਕਦੇ ਨੇ ਔਰ ਸੰਵਿਧਾਨ ਪ੍ਰੇਮੀ ਬਣ ਗਏ। ਖੈਰ, ਇਹਨਾਂ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਵਿਚਾਰ ਰੱਖਦੇ ਨੇ ਇਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜੋ ਹਾਲਾਤ ਫਿਲਹਾਲ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਉਹਨਾਂ ਦੇ ਮਾਤਾ ਜੀ ਦਾ ਇੱਕ ਬਿਆਨ ਆਇਆ ਔਰ ਉਸ ਬਿਆਨ ਤੋਂ ਬਾਅਦ ਅਚਾਨਕ ਇਹ ਚਰਚਾ ਛਿੜ ਗਈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਪਾਲਾ ਬਦਲ ਲਿਆ ਜਾਂ ਫਿਰ ਉਹਨਾਂ ਨੇ ਆਪਣੀ ਪਾਰਟੀ ਹੀ ਬਦਲ ਲਈ ਹੈ? ਨਹੀਂ ਨਹੀਂ ਸਾਹਿਬ ਸਿੰਘ ਜੀ, ਪਹਿਲਾਂ ਤੁਸੀਂ ਇਸ ਗੱਲ ਨੂੰ ਸਮਝੋ ਕਿ ਉਸ ਬਿਆਨ ਦੇ ਮਾਇਨੇ ਕੀ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਅੱਜ ਤੱਕ ਬੋਲ ਹੈ ਉਹ ਕੀ ਹੈ। ਉਹਨਾਂ ਨੇ ਕਦੀ ਵੀ ਓਪਨਲੀ ਕਿਹਾ ਨਹੀਂ ਹੈ ਕਿ ਖਾਲਿਸਤਾਨ ਬਣਾ ਦਿਓ, ਉਹਨਾਂ ਨੇ ਹਮੇਸ਼ਾ ਇਹ ਕਿਹਾ ਬਈ ਸਾਡੇ ਜਿਹੜੇ ਮੁੱਦੇ ਆ, ਸਾਡੀ ਸਿੱਖ ਕੌਮ ਦਾ ਇਨਸਾਫ਼ ਹੈ, ਉਹ ਉੱਥੇ ਦਾ ਉੱਥੇ ਖੜ੍ਹਾ ਬਈ। ਅਸੀਂ ਇਸੇ ਕਰਕੇ ਲੋਕ ਖਾਲਿਸਤਾਨ ਦੀ ਮੰਗ ਕਰਦੇ ਨੇ, ਇਸੇ ਕਰਕੇ ਇੱਕ ਅਲੱਗ ਜਿਹੜਾ ਹੈ ਸਿੱਖ ਸਟੇਟ ਦੀ ਮੰਗ ਕਰਦੇ ਨੇ। ਜੇ ਉਹ ਜਮਹੂਰੀਅਤ ਦੇ ਵਿੱਚ, ਲੋਕਤੰਤਰ ਦੇ ਵਿੱਚ
ਹਿੰਦੁਸਤਾਨ ਦੀ ਜੁਡੀਸ਼ਰੀ, ਹਿੰਦੁਸਤਾਨ ਦੀਆਂ ਇਨਵੈਸਟੀਗੇਸ਼ਨ ਏਜੰਸੀਆਂ ਜਾਂ ਹੋਰ ਜਿਹੜੇ ਸਿੱਖਾਂ ਦੇ ਮਸਲੇ ਨੇ ਜੋ ਹੱਲ ਹੋ ਜਾਂਦੇ ਤਾਂ ਫਿਰ ਆਪਾਂ ਨੂੰ ਅਤੇ ਅੰਮ੍ਰਿਤਪਾਲ ਦੀ ਗੱਲ ਨੂੰ ਤੁਸੀਂ ਉਸਨੂੰ ਜਸਟੀਫਾਈ ਮੈਂ ਕਰ ਦੇਣਾ, ਫਿਰ ਤਾਂ ਖਾਲਸਾ ਦੀ ਲੋੜ ਹੀ ਨਹੀਂ ਹੈ। ਅੰਮ੍ਰਿਤਪਾਲ ਵੀ, ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਤਾਂ ਇਹੀ ਕਿਹਾ ਨਾ। ਹੁਣ ਉਹਨਾਂ ਨੇ ਤਾਂ ਇਹ ਵੀ ਇੱਕ ਦਿਨ ਕ੍ਰੋਸ ਕੁਐਸਚਨ 'ਚ ਕਿਹਾ ਕਿ ਇੱਥੇ ਫਿਰ ਹਿੰਦੂ ਜਿਹੜਾ ਕਹਿੰਦਾ ਨਹੀਂ, ਹਿੰਦੂ ਨੂੰ ਕੀ ਹੈ, ਸਾਰੇ ਰਹਿ ਰਹੇ ਨੇ ਇੱਥੇ, ਹੁਣ ਵੀ ਰਹਿ ਰਹੇ, ਉਦੋਂ ਵੀ ਰਹਿਣਗੇ, ਗੱਲ ਕੀ ਹੈ। ਦੇਖੋ ਪੰਜਾਬ ਨੂੰ ਨਾ ਤੁਸੀਂ, ਇਹ ਲੋਕ ਸਿਆਸਤਦਾਨ ਬੜਾ ਇਹਨੂੰ ਪਲੇ ਕਰਦੇ ਪੰਜਾਬ ਦੇ ਨਾਲ, ਅਸੀਂ ਗੁਰਦਾਸਪੁਰ ਪਠਾਨਕੋਟ ਤੋਂ ਸ਼ੁਰੂ ਹੋ ਜਾਓ, ਫਿਰੋਜ਼ਪੁਰ ਤੋਂ ਤਰਨ ਤਾਰਨ ਦੀ ਉਹ ਡੇਰਾ ਬਾਬਾ ਨਾਨਕ ਦੀ ਬੈਲਟ ਨਿਕਲਦੇ, ਅਸੀਂ 553 ਕਿਲੋਮੀਟਰ ਪਾਕਿਸਤਾਨ ਦੇ ਬਾਰਡਰ 'ਤੇ ਹਾਂ। ਤੁਸੀਂ ਮੈਨੂੰ ਦੱਸੋ, ਅਸੀਂ 553 ਕਿਲੋਮੀਟਰ ਦੇ ਬਾਰਡਰ 'ਤੇ ਬੈਠੇ ਹਾਂ, ਕੋਈ ਸਾਡੇ ਪੁੱਛ ਲੈਣ ਵਾਲਾ ਹੈਗਾ? ਕਿਸੇ ਨੇ ਇਹ ਕਿਹਾ ਬਈ ਇਹ ਬਾਰਡਰ ਸਟੇਟ ਹੈ, ਹਿੰਦੁਸਤਾਨ ਦੀ ਰੱਖਿਆ ਕਰਦੀ ਪਈ ਹੈ, ਇਹ ਦੁਆਰ ਬਣ ਕੇ ਸਟੇਟ ਖੜ੍ਹੀ ਹੈ, ਪਾਕਿਸਤਾਨ ਸਾਡੇ 'ਤੇ ਹਮਲਾ ਨਹੀਂ ਕਰ ਸਕਦਾ ਜਦ ਤੱਕ ਪੰਜਾਬ ਵਿੱਚ ਹੈ? ਔਰ ਅੱਜ ਪੰਜਾਬ ਨੂੰ ਉਹਦਾ ਕਿਸੇ ਨੇ ਮੁੱਲ ਮੋੜਿਆ? ਕੋਈ ਨੇ ਨਹੀਂ ਮੋੜਿਆ। ਉਲਟਾ ਪੰਜਾਬ ਨੂੰ ਕਹਿੰਦੇ ਜੀ ਇਹ ਤਾਂ ਖਾਲਿਸਤਾਨੀ ਨੇ, ਇਹ ਤਾਂ ਜੀ ਕੱਟੜਪੰਥੀ ਨੇ ਜੀ। ਜਦੋਂ ਅਸੀਂ ਪੰਜਾਬ ਦੇ ਬਾਰੇ ਬੋਲਣਾ ਹੀ ਗਲਤ ਹੈ, ਇੱਥੇ ਹਰੇ ਬੰਦੇ, ਕਿੰਨੇ ਕੁ ਬੰਦੇ ਖਾਲਿਸਤਾਨ ਦੀ ਮੰਗ ਕਰਦੇ ਆ? ਖਾਲਿਸਤਾਨ ਵਾਲੀ ਮੰਗ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਲੇਕਿਨ ਵੋਟ ਜਿਹੜੀ ਪਈ ਹੈ ਭਾਈ ਅੰਮ੍ਰਿਤਪਾਲ ਨੂੰ, ਜੇ ਮੰਨ ਲਓ 2.5 ਲੱਖ ਦੇ ਕਰੀਬ ਵੋਟਾਂ ਨਾਲ ਜਿੱਤਿਆ, ਉਹ ਸਾਰਿਆਂ ਨੇ ਇਸ ਕਰਕੇ ਨਹੀਂ ਭਾਈ ਅੰਮ੍ਰਿਤਪਾਲ ਖਾਲਿਸਤਾਨ ਬਣਾ ਦੇਗਾ, ਉਹ ਲੋਕਾਂ ਨੇ ਪਾਈ ਹੈ ਜਿਨ੍ਹਾਂ ਨੂੰ ਲੱਗਿਆ ਕਿ ਸਾਡੇ ਪੰਥ ਜਿਹੜਾ ਹੈ ਉਹਦਾ ਕੋਈ ਰਾਖਾ ਚਾਹੀਦਾ, ਪੰਥ ਵਾਲਿਆਂ ਨੇ ਵੋਟ ਪਾਈ ਹੈ। ਜੋ ਵੀ ਪੰਥ ਦੇ ਹਾਲਾਤ ਹੋਏ, ਵੀ ਦਿਲ ਕੀਤਾ ਬਾਬਾ ਰਾਮ ਰਹੀ ਨੂੰ ਮਾਫ਼ ਕਰਤਾ, ਦਿਲ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਲਾਤਾ, ਦਿਲ ਕੀਤਾ ਭਾਈ ਗਿਆਨੀ ਹਰਪ੍ਰੀਤ ਸਿੰਘ ਕਾਰਵਾਕ ਜਥੇਦਾਰ ਨੂੰ ਲਾ ਕੇ ਦਮਦਮਾ ਸਾਹਿਬ ਭੇਜਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ, 328 ਸਵਰੂਪ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋ ਗਏ। ਜਿਹੜੀ ਸਿੱਖ ਸੰਗਤ 'ਚ ਰੋਸ਼ ਹੈ ਬਈ ਗੋਲਕਾਂ ਦੇ ਪੈਸੇ ਦੇ ਇਲਜ਼ਾਮ ਲੱਗ ਰਹੇ ਹੈ, ਉਹ ਸਿੱਖ ਸੰਗਤ ਦੇ ਰੋਸ਼ ਨੇ ਵੀ ਵੋਟ ਭਾਈ ਅੰਮ੍ਰਿਤਪਾਲ ਨੂੰ ਪਾਈ ਹੈ। ਉਹਨਾਂ ਨੇ ਵੀ ਵੋਟ ਪਾਈ ਹੈ ਭਾਈ ਅੰਮ੍ਰਿਤਪਾਲ ਨੂੰ, ਜਿਨ੍ਹਾਂ ਨੇ ਦੇਖਿਆ ਕਿ ਪੰਜਾਬ 'ਚ ਨਸ਼ਾ ਬੰਦ ਨਹੀਂ ਹੋਇਆ। ਪੰਜਾਬ 'ਚ ਨਸ਼ਾ ਬੰਦ ਕਿੱਥੇ ਹੋਇਆ? ਆ ਬਠਿੰਡੇ ਹੁਣ 5 ਮੌਤਾਂ ਹੋਈਆਂ, ਦੇਖਿਆ ਮੁੰਡਾ ਜਵਾਨ ਸੜਕ 'ਤੇ ਪਿਆ, ਫੋਟੋ ਦੇਖ ਕੇ ਰੋਣਾ ਨਿਕਲਦਾ। ਉਹ ਲੋਕਾਂ ਨੇ ਵੋਟ ਪਾਈ ਆ, ਉਹ ਹਿੰਦੂਆਂ ਨੇ ਵੀ ਵੋਟ ਪਾਈ ਆ ਭਾਈ ਅੰਮ੍ਰਿਤਪਾਲ ਨੂੰ, ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਜਿਹੜੇ ਆ ਵੱਖ ਨਹੀਂ ਹੈਗੇ, ਇਹ ਵੀ ਸਾਡੇ ਭਰਾ ਨੇ, ਅਤੇ ਇਹ ਜਿਹੜਾ ਪੰਜਾਬ ਦਾ ਨਸ਼ਾ, ਇਹ ਕੋੜ ਹੈ, ਨੌਜਵਾਨਾਂ ਦਾ ਰੋਜ਼ਗਾਰ, ਅੰਮ੍ਰਿਤਪਾਨ ਛਕਾਉਣਾ, ਲੋਕਾਂ ਨੇ ਵੋਟ ਪਾਈ ਆ। ਸਿੱਖੀ ਨੂੰ ਉਹ ਪਿਆਰ ਕਰਨ ਵਾਲਾ, ਜੇ ਮੰਨ ਲਓ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੇ ਵਿੱਚ ਚੱਲਣ ਲਈ ਲੋਕਾਂ ਨੂੰ ਪ੍ਰੇਰਨਾ ਦੇ ਰਿਹਾ, ਤਾਂ ਲੋਕ ਕਿਉਂ ਨਹੀਂ ਵੋਟ ਪਾਉਣਗੇ, ਕਿਉਂ ਨਹੀਂ ਵੋਟ ਪਾਉਣਗੇ? ਹਾਂ, ਜਦੋਂ ਤੁਸੀਂ ਕਹੋ ਜੀ 1984 'ਚ ਸਿੱਖਾਂ ਨੂੰ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਕੋਟਕਪੁਰਾ ਕਾਂਡ ਹੋਇਆ, ਗੁਰਦੇਵ ਸਿੰਘ ਕੌਂਕੇ ਜਥੇਦਾਰ ਸਾਹਿਬ ਦਾ, ਤੁਸੀਂ ਚਲੋ ਆਪਾਂ ਇੱਕੋ ਸਬਜੈਕਟ 'ਤੇ ਮੈਂ ਤੁਹਾਡੇ ਨਾਲ ਗੱਲ ਕਰਦਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਵਾਕ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਇਨਕਾਊਂਟਰ ਕਰ ਦਿੱਤਾ ਜਾਂਦਾ, ਮਤਲਬ ਮਾਰ ਦਿੱਤਾ ਜਾਂਦਾ, ਅੱਜ ਤੱਕ ਨਹੀਂ ਪਤਾ ਕਿੱਥੇ ਆ। ਸਿੱਖ ਕੌਮ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਨਸਾਫ਼ ਮਿਲਿਆ? ਇਨਸਾਫ਼ ਮਿਲਿਆ? ਦੱਸੋ, ਤੁਸੀਂ ਪੱਤਰਕਾਰ ਹੋ, ਤੁਸੀਂ ਮੇਰੇ ਕੋਲ ਸਵਾਲ ਕਰਦੇ ਪਏ ਹੋ, ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ, ਇਨਸਾਫ਼ ਮਿਲਿਆ? ਕਿਸੇ ਨੇ ਬਾਹਰ ਤੱਕ ਨਹੀਂ ਪੁੱਛੀ। ਫਿਰ ਕੀ ਹੁੰਦਾ? ਫਿਰ ਅੱਜ ਭਾਈ ਅੰਮ੍ਰਿਤਪਾਲ ਨੇ ਤਾਂ ਇਹੀ ਕਹਿਣਾ ਨਾ ਵੀ ਜਦੋਂ ਸਾਡਾ ਰਾਜ ਹੋਊਗਾ, ਸਿੱਖ ਰਾਜ ਹੋਊਗਾ, ਜਾਂ ਸਿੱਖਾਂ ਦਾ ਰਾਜ ਹੋਊਗਾ, ਜਾਂ ਸਾਡੀ ਸਟੇਟ ਅਲੱਗ ਬਣੂਗੀ, ਫਿਰ ਇਹ ਗੁਰਦੇਵ ਸਿੰਘ ਕੌਂਕੇ ਦਾ ਇਨਸਾਫ਼ ਮਿਲੇਗਾ। ਅੱਜ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਚੋਰੀ ਹੋਏ ਆ, ਕਿਸੇ ਨੂੰ ਇਨਸਾਫ਼ ਮਿਲਿਆ? ਅੰਗ ਪਾੜ ਕੇ ਸੁੱਟੇ ਗਏ, ਕਿਸੇ ਨੂੰ ਇਨਸਾਫ਼ ਮਿਲਿਆ? ਨਕੋਦਰ ਦੇ ਵਿੱਚ ਅੱਜ ਕਿੰਨੇ ਸਾਲ ਹੋ ਗਏ, 4 ਜਵਾਨਾਂ ਨੂੰ ਪੁਲਿਸ ਨੇ
ਗੋਲੀਆਂ ਮਾਰ ਕੇ ਮਾਰਤਾ, ਕਿਸੇ ਨੂੰ ਇਨਸਾਫ ਮਿਲਿਆ? ਤੁਸੀਂ ਮੈਨੂੰ ਦੱਸੋ ਇਨਸਾਫ ਮਿਲਿਆ? ਅਤੇ ਮੈਂ ਜਿਹੜੀਆਂ ਗੱਲਾਂ ਕਰਦਾ, ਕੋਟਕਪੂਰਾ ਕਾਂਡ ਹੋਇਆ, ਬਹਿਬਲ ਕਲਾ ਕਾਂਡ ਹੋਇਆ, ਇਨਸਾਫ ਮਿਲਿਆ ਗੋਲੀ ਕਾਂਡ? ਕੋਰਟਾਂ 'ਚ ਹੀ ਰੋਲੀ ਜਾਂਦੇ ਆ, ਕੁੰਵਰ ਵਿਜੇ ਪ੍ਰਤਾਪ ਆਪਣੀ ਗੱਲ ਕਰਦੇ ਨੇ, ਰਿਪੋਰਟਾਂ ਦਿੰਦੇ ਨੇ, ਉੱਧਰੋਂ ਪ੍ਰੋਸੀਕਿਊਸ਼ਨ ਕੋਈ ਕਹਿੰਦਾ ਜੀ ਉਹ ਵੀਕ ਹੋ ਗਈ ਹੈ, ਐਵੀਡੈਂਸ ਦੌੜਦੇ ਪਏ ਨੇ, ਕੌਣ ਕੌਣ ਜ਼ਿੰਮੇਦਾਰ ਹੈ ਇਹਦਾ? ਅਤੇ ਸਿੱਖ ਕੌਮ ਕਿੱਧਰ ਜਾਏਗੀ? ਸਿੱਖ ਜਿਹੜੇ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹਿੰਦੂ ਪਿਆਰ ਕਰਦਾ ਜਾਂ ਹਿੰਦੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪ ਮੰਨਦਾ, ਉਹ ਕਿੱਥੇ ਜਾਏਗਾ? ਮੈਂ ਗੁਰਦੁਆਰੇ ਸਾਹਿਬ ਸ਼ੀਸ਼ ਨਿਵਾਉਂਦਾ, ਮੇਰੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਹੈ, ਮੈਂ ਸਤਿਕਾਰ ਕਰਦਾ, ਅਤੇ ਮੈਂ ਕਿੱਥੇ ਜਾਊਂਗਾ? ਸੋ ਲੋਕਾਂ ਨੂੰ ਕਿੱਥੇ ਜਾਊਗਾ ਹੁਣ ਇਨਸਾਫ? ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਮਿਲੇਗਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਲ ਇਨਸਾਫ ਮਿਲੇਗਾ, ਆ ਕੇ ਪਰਮਜੀਤ ਸਿੰਘ ਸਰਨਾ ਦਿੱਲੀ ਅਕਾਲੀ ਦਲ ਵਾਲਾ ਦੇ ਦੇਗਾ ਇਨਸਾਫ? ਬਾਈ, ਇਨਸਾਫ ਤਾਂ ਤੁਹਾਨੂੰ ਹਕੂਮਤਾਂ ਨੇ ਦੇਣਾ, ਜਦੋਂ ਹਕੂਮਤਾਂ ਨੇ ਇਨਸਾਫ ਨਹੀਂ ਦੇਣਾ ਫਿਰ ਹਕੂਮਤ ਸਿੱਖ ਚਾਹਣਗੇ ਕਿ ਸਾਡੀ ਹਕੂਮਤ ਆਵੇ? ਤੁਸੀਂ ਦੇਖੋ ਯਾਰ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਅਲੱਗ ਤੋੜਤੀ, J&K ਅਲੱਗ ਤੋੜਤੀ, ਹਰਿਆਣੇ ਦੀ ਅਲੱਗ ਕਰਤੀ, ਬਾਈ ਯਾਰ ਪੰਜਾਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਕੁ ਰਹਿ ਗਈ ਹੈ, ਸਾਰਾ ਕੁਛ ਅਲੱਗ ਕਰਤਾ, ਤੁਸੀਂ ਮੈਨੂੰ ਦੱਸੋ ਬਿਤਕਰਾ ਕਿੱਥੇ ਨਹੀਂ? ਰਾਜਧਾਨੀ ਸਾਡੇ ਕੋਲ ਨਹੀਂ, ਪਾਣੀ ਸਾਡਾ ਜਾਈ ਜਾਂਦਾ, ਅਤੇ ਅਸੀਂ ਤਾਂ ਯਾਰ ਸਾਡਾ ਤਾਂ ਮੁੱਲ ਹੀ ਨਹੀਂ ਕਿਸੇ ਨੇ ਮੋੜਿਆ, ਮੈਂ ਸਿੱਧੀ ਗੱਲ ਕਹਾਂ ਪੰਜਾਬ ਦਾ। ਅਤੇ ਅੱਜ ਜੇ ਭਾਈ ਅੰਮ੍ਰਿਤਪਾਲ ਨੇ ਉਹ ਨੌਜਵਾਨਾਂ ਦੀ ਗੱਲ ਕੀਤੀ ਹੈ, ਉਹ ਲੋਕਾਂ ਨੇ ਡੱਟ ਕੇ ਵੋਟ ਇਕੱਲੇ ਖਾਲਿਸਤਾਨ ਨੂੰ ਨਹੀਂ ਪਾਈ, ਮੈਂ ਤੁਹਾਡੀ ਗੱਲ ਦੇ ਵਿੱਚ ਫਿਰ ਕਹਿਣ ਲੱਗਾ, ਉਹ ਵੋਟ ਖਾਲਿਸਤਾਨ ਦੀ ਵੋਟ ਨਹੀਂ ਹੈ, ਉਹ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਹੈ, ਨਸ਼ੇ ਦੇ ਖਿਲਾਫ ਵੋਟ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਖਿਲਾਫ ਵੋਟ ਹੈ, ਹਕੂਮਤ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਖਿਲਾਫ ਵੋਟ ਹੈ। ਲੇਕਿਨ ਗੱਲ ਇਹ ਹੈ ਕਿ ਜੋ ਵੀ ਕੀਤਾ ਜਾਂਦਾ ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਂਦਾ। ਡਾਕਟਰ ਬਾਬਾ ਸਾਹਿਬ ਭੀਮ ਰਾਵ ਅੰਬੇਦਕਰ ਨੇ ਸੰਵਿਧਾਨ ਬਣਾਇਆ, ਉਹਦੇ ਦਾਇਰੇ 'ਚ ਸਾਰਾ ਕੁਛ ਹੈ, ਉਹਦੇ ਦਾਇਰੇ 'ਚ ਹੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਹੁਣ ਸਹੁੰ ਚੁੱਕੀ ਹੈ। ਮੈਂ ਉਹੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਭਾਈ ਅੰਮ੍ਰਿਤਪਾਲ ਸਿੰਘ ਉਹ ਸ਼ਖਸ ਹੈ ਜਿਹੜੇ ਇੱਕ ਸਮੇਂ ਦੇ ਉੱਤੇ ਸੰਵਿਧਾਨ ਨੂੰ ਨਕਾਰ ਰਹੇ ਸੀ ਕਿ ਜਿਹੜਾ ਸੰਵਿਧਾਨ ਸਾਨੂੰ ਨਹੀਂ ਕੁਛ ਮੰਨਦਾ? ਤੁਹਾਨੂੰ ਪਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਦੀਆਂ ਕਾਪੀਆਂ ਫਾੜੀਆਂ ਸੀ, ਪਤਾ ਤੁਹਾਨੂੰ? ਯਾਰ ਇਉਂ ਨਹੀਂ ਹੁੰਦਾ, ਉਹ ਦੇਖੋ ਮੇਰੀ ਗੱਲ ਸੁਣੋ, ਜਦੋਂ ਤੁਸੀਂ ਪੰਜਾਬ ਦੇ ਮਸਲੇ ਹੱਲ ਕਰਦੇ ਹੋ, ਅੱਜ ਸਮਝ ਲਓ ਤੁਸੀਂ 1984 ਦੇ ਦੰਗਿਆਂ ਨੂੰ ਕਿੰਨੇ ਸਾਲ ਹੋ ਗਏ? 16 ਅਤੇ 24, 40 ਸਾਲ। ਜੇ 40 ਸਾਲ ਬਾਅਦ ਅੱਜ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਦੰਗਿਆਂ ਦਾ ਜਾਂ ਹੋਰ ਜਿਹੜੇ ਦੰਗੇ ਹੋਏ ਹਿੰਦੁਸਤਾਨ ਦੇ ਵਿੱਚ, ਤਾਂ ਸਿੱਖ ਕੀ ਕਰਨਗੇ? ਉਹ ਸੰਵਿਧਾਨ ਨੂੰ ਮੰਨਣਗੇ? ਸੰਵਿਧਾਨ ਨੂੰ ਫਿਰ ਤੁਹਾਡਾ ਇਸ ਸਮਝਦਾ 40 ਸਾਲ ਤੁਹਾਨੂੰ ਜਸਟਿਸ ਹੀ ਡਿਲੀਵਰ ਨਾ ਹੋਵੇ, ਫਿਰ ਸੰਵਿਧਾਨ ਦੇ ਪ੍ਰਤੀ ਫਿਰ ਬੰਦਾ ਕਹੂਗਾ ਨਾ ਯਾਰ ਮੈਂ ਨਹੀਂ ਮੰਨਦਾ ਸੰਵਿਧਾਨ ਨੂੰ, ਸਾਨੂੰ ਤਾਂ ਇਨਸਾਫ ਹੀ ਨਹੀਂ ਮਿਲਦਾ। ਨਹੀਂ, ਉਹਨਾਂ ਦਾ ਤਾਂ ਲੜੀ ਵਾਰ ਆਇਆ ਨਾ, ਉਹ ਪਹਿਲਾਂ ਕਹਿੰਦੇ ਸੀਗੇ ਮੈਂ ਨਹੀਂ ਮੰਨਦਾ, ਫਿਰ ਉਹ ਕਹਿੰਦੇ ਕਿ ਨਹੀਂ ਇਹਨੂੰ ਵਰਤਿਆ ਜਾ ਸਕਦਾ, ਹੁਣ ਉਹਨਾਂ ਨੇ ਉਹਨੂੰ ਸਵੀਕਾਰ ਹੀ ਕਰ ਲਿਆ। ਮੈਂ ਜਿਹੜੀ ਗੱਲ ਤੁਹਾਨੂੰ ਪੂਰੀ ਡਿਟੇਲ 'ਚ ਦੱਸੀ ਹੈ, ਸੰਵਿਧਾਨ ਦੇ ਕੋਲੋਂ ਨਾਰਾਜ਼ਗੀ ਮੇਰੀ ਵੀ ਹੋ ਸਕਦੀ ਹੈ ਜੇ ਮੈਨੂੰ ਇਨਸਾਫ ਨਹੀਂ ਮਿਲੇਗਾ। ਮੈਂ ਕਹੂੰਗਾ ਯਾਰ ਕਾਹਦਾ ਸੰਵਿਧਾਨ ਹੈ? ਡਾਕਟਰ ਬਾਬਾ ਸਾਹਿਬ ਅੰਬੇਦਕਰ ਨੇ ਆਪਣੇ ਇੱਕ ਇੱਕ ਅੱਖਰ ਮੋਤੀਆਂ ਵਾਂਗੂ ਪਰੋਇਆ ਉਹਦਾ। ਮੈਂ ਕਹੂੰਗਾ ਕਾਹਦਾ ਸੰਵਿਧਾਨ ਹੈ ਯਾਰ ਮੈਨੂੰ ਇਨਸਾਫ ਹੀ ਨਹੀਂ ਮਿਲਿਆ? ਨਾਰਾਜ਼ਗੀ ਤਾਂ ਮੇਰੀ ਵੀ ਹੋ ਸਕਦੀ ਹੈ ਜੇ ਮੈਨੂੰ ਬੋਲਣ ਦੀ ਆਜ਼ਾਦੀ ਖਤਮ ਕਰ ਦੇਣ ਅੱਜ, ਅਤੇ ਮੈਂ ਕਹੂੰਗਾ ਯਾਰ ਇਹ ਕਾਹਦਾ ਸੰਵਿਧਾਨ ਹੈ, ਮੈਂ ਬੋਲ ਹੀ ਨਹੀਂ ਸਕਦਾ, ਇਹ ਕੋਈ ਸੰਵਿਧਾਨ ਹੈ ਯਾਰ? ਸਾਡਾ ਸੰਵਿਧਾਨ ਹੋਣਾ ਚਾਹੀਦਾ ਯਾਰ, ਸਾਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ, ਸਾਨੂੰ ਲਿਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸੋ ਕਹਿਣ ਦਾ ਮੇਰਾ ਮਕਸਦ ਹੈ, ਪੰਜਾਬ ਦੀ ਰਾਜਧਾਨੀ 1966 ਦੀ ਗਈ ਹੋਈ ਹੈ, 34 ਅਤੇ 24 ਕਿੰਨੇ ਕੈਲਕੂਲੇਟ ਕਰੀਓ ਜਰਾ, 58 ਸਾਲ ਸਾਡੇ ਕੋਈ ਰਾਜਧਾਨੀ ਨਹੀਂ, ਅਤੇ ਤੁਸੀਂ ਕਹਿੰਦੇ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਸੰਵਿਧਾਨ ਨੂੰ, ਲੇਕਿਨ ਯਾਰ ਪੰਜਾਬ ਦੇ ਹੱਕਾਂ ਦੀ ਮੰਗਾਂ ਦੀ ਗੱਲ ਵੀ ਤਾਂ ਪੂਰੀ ਕਰੋ। ਜੇ ਸੰਵਿਧਾਨ 'ਚ ਸਾਡਾ ਰਾਜਧਾਨੀ ਲੈਣਾ ਹੱਕ ਹੈ ਤਾਂ ਦੇ ਦਿਓ। ਫਿਰ ਭਾਈ ਅੰਮ੍ਰਿਤਪਾਲ ਇਹੀ ਤਾਂ ਕਹਿੰਦਾ ਕਿ ਯਾਰ ਸਾਡੇ ਸੰਵਿਧਾਨ ਸਾਡੇ ਲਈ ਤਾਂ ਆ ਕੇ ਸਾਨੂੰ ਇਨਸਾਫ ਨਹੀਂ ਦਿੰਦਾ। ਜੇ ਅਸੀਂ ਕਹਿੰਦੇ ਹਾਂ ਯਾਰ ਸੰਵਿਧਾਨ ਦੇ ਵਿੱਚ ਹਿੰਦੁਸਤਾਨ ਸਾਰਾ ਇੱਕ ਹੈ, ਇੱਥੋਂ ਦੇ ਵਾਸੀ ਇੱਕ ਹੈ,
ਇੱਥੋਂ ਦੇ ਵਾਸੀ ਇੱਕ ਹੈ, ਫਿਰ ਤੁਸੀਂ ਹਿਮਾਚਲ ਜ਼ਮੀਨ ਕਿਉਂ ਨਹੀਂ ਲੈ ਸਕਦੇ, ਪੰਜਾਬ 'ਚ ਤਾਂ ਜਿਹੜਾ ਮਰਜ਼ੀ ਲੈ ਲਏ, ਤੁਸੀਂ ਉੱਤਰਾਖੰਡ ਜ਼ਮੀਨ ਨਹੀਂ ਲੈ ਸਕਦੇ, ਤੁਸੀਂ J&K ਜ਼ਮੀਨ ਨਹੀਂ ਲੈ ਸਕਦੇ, ਫਿਰ ਤੁਸੀਂ ਕਹਿੰਦੇ ਸੰਵਿਧਾਨ ਸਾਰਾ ਇੱਕ ਹੈ। ਮੈਨੂੰ ਇਹ ਦੱਸੋ ਨਾ, ਫਿਰ ਆ ਕੇ ਪੰਜਾਬ 'ਚ ਆ ਕੇ ਸੰਵਿਧਾਨ ਖਤਮ ਹੋ ਜਾਂਦਾ? ਪੰਜਾਬ 'ਚ ਆ ਕੇ ਸੰਵਿਧਾਨ ਕਿਉਂ ਖਤਮ ਹੋ ਜਾਂਦਾ? ਅਸੀਂ ਗੱਲ ਨਹੀਂ ਸਮਝਦੇ। ਸੰਵਿਧਾਨ ਦੇ ਵਿੱਚ ਸਾਡੇ ਕੋਲ ਰਾਈਟ ਟੂ ਐਜੂਕੇਸ਼ਨ ਹੈ, ਰਾਈਟ ਟੂ ਸਪੀਚ ਹੈ, ਰਾਈਟ ਸਾਡੇ ਕੋਲ ਬੋਲਣ ਦੀ ਆਜ਼ਾਦੀ ਹੈ, ਲਿਖਣ ਦੀ ਆਜ਼ਾਦੀ ਹੈ। ਲੇਕਿਨ ਪੰਜਾਬ ਦੇ ਵਿੱਚ ਆ ਕੇ ਜਦੋਂ ਇਨਸਾਫ਼ ਹੀ ਨਹੀਂ ਮਿਲਦਾ, ਅਤੇ ਇੱਕ ਕੌਮ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ, ਜਿਹਨੂੰ ਆਪਾਂ ਕਹੀਏ ਕਿ ਅਲੱਗ ਚੀਜ਼ ਦਾ ਸ਼ਿਕਾਰ ਹੋਈ ਹੋਈ ਹੈ, ਬਈ ਉਹਨਾਂ ਨੂੰ ਨਜ਼ਰ ਅੰਦਾਜ਼ੀ ਦਾ ਸ਼ਿਕਾਰ ਹੋਈ ਹੈ, ਫਿਰ ਉਹਨਾਂ ਦਾ ਸੰਵਿਧਾਨ ਦੇ ਨਾਲ ਨਾਰਾਜ਼ ਹੋਣਾ ਜਾਇਜ਼ ਹੈ। ਔਰ ਹਮੇਸ਼ਾ ਪੁੱਤ ਜਿਹੜਾ ਆਪਣੇ ਪਿਓ ਨਾਲ ਨਾਰਾਜ਼ ਹੁੰਦਾ, ਉਹ ਕਹਿੰਦਾ ਜਾ ਪਾਪਾ ਮੈਨੂੰ ਲੱਗਦਾ ਮੈਂ ਤੇਰਾ ਪੋਤੀ ਹੈ ਨਹੀਂ। ਅਸੀਂ ਵੀ ਕਹਿ ਦਿੰਦੇ ਕਈ ਵਾਰੀ ਆਪਣੇ ਬਾਪੂ ਨੂੰ, ਕਹਿੰਦੇ ਨੇ ਉਹ ਬਾਪੂ ਜੀ ਅਸੀਂ ਤੁਹਾਡੇ ਲੱਗਦਾ ਪੋਤੀ ਹੈ ਨਹੀਂ, ਤੁਸੀਂ ਸਾਡੇ ਨਾਲ ਵਿਤਕਰਾ ਕਰਦੇ ਹੋ। ਤੁਸੀਂ ਨਹੀਂ ਕਿਹਾ? ਕਈ ਵਾਰੀ 20 ਵਾਰੀ ਕਿਹਾ ਹੋਏਗਾ, ਮੈਂ 20 ਵਾਰੀ ਕਿਹਾ ਹੋਏਗਾ, ਮੈਂ ਆਪਣੀ ਕਈ ਵਾਰੀ ਪੁਰਜਾਂ ਨੂੰ ਕਹਿ ਦਿੰਦਾ, ਪੁਰਖਾਂ ਨੂੰ, ਵੱਡੇ ਭਰਾ ਨੂੰ ਕਹਿ ਦਿੰਦਾ ਵੀ ਮੈਨੂੰ ਲੱਗਦਾ ਤੁਸੀਂ, ਮੈਂ ਤੁਹਾਡਾ ਛੋਟਾ ਭਾਈ ਨਹੀਂ ਹੈਗਾ, ਤੁਸੀਂ ਜਿਵੇਂ ਨਾਲ ਵਿਤਕਰਾ ਕਰਦੇ ਹੋ। ਸੋ ਇਹਦਾ ਮਤਲਬ ਇਹ ਥੋੜ੍ਹਾ ਕਿ ਮੈਂ ਜਿਹੜਾ ਵਾ ਉਹ ਕਹਿ ਤਾ ਕਿ ਮੇਰਾ ਵੱਡਾ ਭਰਾ ਮੇਰਾ ਵੱਡਾ ਭਰਾ ਹੀ ਨਹੀਂ ਹੈ। ਸੰਵਿਧਾਨ ਤਾਂ ਸਾਰਿਆਂ ਲਈ ਹੈ ਨਾ, ਅਤੇ ਜੇ ਸਾਡੇ ਕੋਲ ਰਾਜਧਾਨੀ ਨਹੀਂ, ਤੁਸੀਂ ਮੈਨੂੰ ਇਹ ਦੱਸੋ, ਪੰਜਾਬ ਦੇ ਲੋਕਾਂ ਨੇ ਅਨਾਜ ਉਗਾਇਆ, ਕੈਂਸਰ ਆਪਣੇ ਇੱਥੇ ਪਾਲ ਲਿਆ, ਅਸੀਂ ਆਪਣੇ ਕਿੰਨੇ ਨੌਜਵਾਨਾਂ ਨੂੰ, ਕਿੰਨੇ ਲੋਕਾਂ ਨੂੰ, ਆਪਣੇ ਪਰਿਵਾਰ ਵਾਲਿਆਂ ਨੂੰ ਗਵਾ ਲਿਆ, ਕਿਸੇ ਨੇ ਮੁੱਲ ਮੋੜਿਆ ਪੰਜਾਬ ਦਾ? ਚਲੋ ਯਾਰ, ਮੈਂ ਕਹਿੰਦਾ ਚਲੋ ਹੈਲਥ ਦੇ ਉੱਤੇ ਇਸ਼ੂ 'ਤੇ ਗੱਲ ਕਰ ਲਈਏ, ਬਾਕੀ ਤਾਂ ਚਲੋ ਆਪਾਂ ਨਾ ਕਰੀਏ ਯਾਰ। ਆਪਾਂ ਕਹਿੰਦੇ ਯਾਰ ਬਾਕੀ ਇਸ਼ੂ, ਚਲੋ ਸਿੱਖਾਂ ਦੇ ਇਸ਼ੂ ਹੈ, ਆਪਾਂ ਹੈਲਥ ਤਾਂ ਸਾਰਿਆਂ ਦਾ ਕੋਮਨ ਇਸ਼ੂ ਹੈ ਨਾ। ਤੁਸੀਂ ਮੈਨੂੰ ਦੱਸੋ, ਪੰਜਾਬ 'ਚ ਇੰਨਾ ਕੈਂਸਰ ਫੈਲਿਆ, ਕਿਸੇ ਨੇ ਸੰਜੀਦਗੀ ਨਾਲ ਲਿੱਤਾ? ਚਲੋ ਮੈਨੂੰ ਦੱਸ ਦਿਓ, ਹਾਂ ਪੰਜਾਬ 'ਚ ਕੈਂਸਰ ਇੰਨਾ ਫੈਲਿਆ, ਆਹ ਹੋਸਪਿਟਲ ਬਣਾਏ ਗਏ, ਆਹ ਰੀਹੈਬਲੀਟੇਸ਼ਨਸ ਕੀਤੀਆਂ ਗਈਆਂ, ਆਹ ਅਸੀਂ ਪਾਣੀ ਦੇ ਵਿੱਚੋਂ ਖਤਮ ਕਰਨ ਲਈ ਆਹ ਉਪਰਾਲੇ ਕੀਤੇ, ਅੱਜ ਵੀ ਬੁੱਢਾ ਨਾਲਾ ਆ, ਅੱਜ ਵੀ ਕੈਮੀਕਲ ਸੁੱਟੀ ਜਾ ਰਹੇ, ਸੰਤ ਸੀਚੇ ਵੱਲ ਰੌਲਾ ਪਾਈ ਜਾਂਦੇ ਆ, ਅੱਜ ਵੀ ਪੈਸਟੀਸਾਈਡ ਖੇਤਾਂ 'ਚ ਪਈ ਜਾ ਰਹੇ ਆ, ਔਰ ਸਾਰਾ ਅਸੀਂ ਖਾਈ ਜਾ ਰਹੇ ਹਾਂ, ਸਾਡੇ ਪਰਿਵਾਰਾਂ 'ਚ ਕੈਂਸਰ ਫੈਲੀ ਜਾ ਰਿਹਾ, ਬਾਹਰਲੀ ਅਸੀਂ ਐਕਸਪੋਰਟ ਕਰੀ ਜਾ ਰਹੇ ਹਾਂ, ਸਾਰੇ ਦੇਸ਼ ਦਾ ਅਨਾਜ ਨਾਲ ਢਿੱਡ ਭਰੀ ਜਾ ਰਹੇ ਹਾਂ, ਕਿਸੇ ਨੇ ਮੁੱਲ ਮੋੜਿਆ? ਦੱਸ ਦਿਓ, ਚਲੋ ਕੈਂਸਰ ਦੇ ਇਲਾਜ ਪੰਜਾਬ 'ਚ ਫ੍ਰੀ ਕਰਤਾ ਗਿਆ, ਅੱਜ ਤੱਕ ਤੁਸੀਂ ਇਹ ਘੋਸ਼ਣਾ ਕਿਸੇ ਕੋਲ ਸੁਣੀ ਹੋਵੇ ਕਿ ਪੰਜਾਬ ਦੇ ਵਿੱਚ ਅਸੀਂ 30 ਹੋਸਪਿਟਲ ਕੈਂਸਰ ਦੇ ਖੋਲ੍ਹ ਅਤੇ ਪੰਜਾਬ ਨੂੰ ਕੈਂਸਰ ਤੋਂ ਖਤਮ ਕਰਨਾ? ਕਿ ਅਸੀਂ ਦੇਸ਼ ਦੇ ਹਿੰਦੁਸਤਾਨ ਦੇ ਪੁੱਤ ਨਹੀਂ ਹੈਗੇ, ਅਸੀਂ ਹਿੰਦੁਸਤਾਨ ਦੇ ਵਸਨੀਕ ਨਹੀਂ ਹੈਗੇ? ਇਨਕਮ ਟੈਕਸ ਤਾਂ ਸਾਰੇ ਹੀ ਦਿੰਦੇ ਆ, ਟੈਕਸਸ GST ਵੀ ਦਿੰਦੇ, ਹੁਣ ਤਾਂ CST ਵੀ ਸੈਂਟਰਲਾਈਜ਼ ਹੈ। ਫਿਰ ਆਪਾਂ ਆ ਕੇ ਕਹੀਏ ਕਿ ਫਿਰ ਤਾਂ ਬੰਦੇ ਨੇ ਗੁੱਸੇ ਹੋ ਕੇ ਉਹੀ ਭਾਈ ਅੰਮ੍ਰਿਤਪਾਲ ਨੂੰ ਦੀ ਉਸ ਲੈਂਗੁਏਜ ਨੂੰ ਧਿਆਨ ਨਾਲ ਸੁਣੋ। ਹਾਂ, ਜੇ ਉਹ ਦੇਸ਼ ਤੋੜਨ ਦੀ ਗੱਲ ਕਰਦਾ, ਮੈਂ ਉਹਦਾ ਸਭ ਤੋਂ ਵੱਡਾ ਕੱਟੜ ਵਿਰੋਧੀ ਹਾਂ। ਦੇਸ਼ ਨਹੀਂ ਟੁੱਟਣਾ ਚਾਹੀਦਾ, ਹਿੰਦੁਸਤਾਨ ਇੱਕ ਹੈ, ਹਿੰਦੂ ਸਿੱਖ ਭਾਈਚਾਰਾ ਇੱਕ ਹੈ। ਸਾਡੇ ਹਿੰਦੂਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਸਾਡੀ ਸਾਰਿਆਂ ਦੀ ਆਸਥਾ ਹੈ। ਅੱਜ ਤੁਸੀਂ ਸ਼੍ਰੀ ਦਰਬਾਰ ਸਾਹਿਬ ਚਲ ਜਾਓ ਜਾਂ ਕਿਸੇ ਗੁਰਦੁਆਰੇ ਚਲ ਜਾਓ, ਤੁਸੀਂ ਦੇਖ ਲਓ ਸਾਰੇ ਸਿਰ 'ਤੇ ਰੁਮਾਲ ਬੰਨ੍ਹ ਕੇ ਸੇਵਾ ਕਰਦੇ ਨਜ਼ਰ ਆਉਣਗੇ, ਕਿਉਂਕਿ ਸਾਡੇ ਖੂਨ ਦੇ ਰਿਸ਼ਤੇ ਆ, ਸਾਡੇ ਗੱਲ ਨਹੀਂ ਸਮਝਦੇ, ਸਾਡੀ ਭਾਈਚਾਰਕ ਸਾਂਝ ਹੈ, ਸਾਡੀ ਪਰਿਵਾਰਾਂ ਦੀ ਸਾਂਝ ਹੈ। ਲੇਕਿਨ ਖਾਲਿਸਤਾਨ ਦੀ ਮੰਗ ਉਸ ਵੇਲੇ ਉੱਠਦੀ ਹੈ ਜਦੋਂ ਜਸਟਿਸ ਡਿਲੀਵਰ ਨਹੀਂ ਹੁੰਦਾ, ਠੀਕ ਹੈ ਨਾ। ਚਲੋ ਮੈਂ ਅੰਤ ਵਿੱਚ ਤੁਹਾਡੇ ਤੋਂ ਆਹੀ ਪੁੱਛਣਾ ਚਾਹੁੰਦਾ ਹਾਂ, ਕਿਉਂਕਿ ਹੁਣ ਜਿਹੜਾ ਲੋਕਾਂ ਨੇ ਵੋਟਾਂ ਪਾਈਆਂ, ਖਾਸ ਤੌਰ 'ਤੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਪੰਥਕ ਧਿਰ ਦੇ ਲੋਕ ਹੈਗੇ ਨੇ, ਉਹ ਹੁਣ ਵੰਡਦੇ ਨਜ਼ਰ ਆ ਰਹੇ। ਕੋਈ ਕਹਿ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣ ਬਦਲ ਗਏ ਕੁਰਸੀ ਲੈ ਕੇ, ਅਤੇ ਕੋਈ ਕਹਿ ਰਿਹਾ ਕਿ ਨਹੀਂ ਉਹ ਸਹੀ ਹੈ। ਤੁਹਾਨੂੰ ਕੀ ਲੱਗਦਾ? ਯਾਰ ਕੁਰਸੀ ਲੈ ਕੇ ਅਗਲਾ ਜੇਲ੍ਹ ਤੋਂ ਬੈਠਾ 2-2.5 ਸਾਲ ਤੋਂ, ਇੰਨੀ ਗਰਮੀ ਆ, ਅਸੀਂ ਬਾਹਰ AC 'ਚ ਤਾਂ ਬਹਿ ਨਹੀਂ ਸਕਦੇ, ਅਸੀਂ AC 'ਚ ਵੀ ਸਾਨੂੰ ਲੱਗਦਾ ਯਾਰ ਪਸੀਨਾ ਆਈ ਜਾਂਦਾ, ਹੂਮਸ ਕਿੰਨੀ ਆ। ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਬੈਠੇ, ਦਿਬੜੂਗਲ ਜੇਲ੍ਹ 'ਚ ਬੈਠੇ, ਜਿੱਥੇ ਕੋਈ ਪਹੁੰਚ ਵੀ ਨਹੀਂ ਸਕਦਾ, ਪਰਿਵਾਰਾਂ ਨਾਲ ਜਾ ਕੇ ਪੁੱਛੀਦਾ ਹੁੰਦਾ। ਰਾਜਨੀਤੀ ਕਰਨਾ, ਰਾਜਨੀਤੀ ਵਾਲਿਆਂ ਨੇ ਰਾਜਨੀਤੀ ਕਰਨੀ ਆ, ਬਿਆਨਬਾਜ਼ੀ ਕਰਨ ਵਾਲਿਆਂ ਨੇ ਬਿਆਨਬਾਜ਼ੀ ਕਰਨੀ ਆ। ਲੇਕਿਨ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਮੰਗਾਂ,
ਪੰਜਾਬ ਨੂੰ ਰਾਜਧਾਨੀ ਦੇ ਦਿਓ, ਪੰਜਾਬ ਦਾ ਪਾਣੀ ਪੰਜਾਬ ਨੂੰ ਦੇ ਦਿਓ, ਪੰਜਾਬ 'ਚੋਂ ਡਰੱਗ ਖਤਮ ਕਰ ਦਿਓ, ਪੰਜਾਬ 'ਚੋਂ ਕੈਂਸਰ ਖਤਮ ਕਰ ਦਿਓ, ਪੰਜਾਬ ਦਾ ਨੌਜਵਾਨ ਨਸ਼ੇ 'ਚੋਂ ਕੱਢ ਦਿਓ। ਤੁਸੀਂ ਮੈਨੂੰ ਦੱਸੋ ਖਾਲਸਾ ਦੀ ਮੰਗ ਕਰਨਗੇ ਭਾਈ ਅੰਮ੍ਰਿਤਪਾਲ? ਲੋੜ ਹੀ ਨਹੀਂ। ਖਾਲਸਾ ਦਾ ਮਤਲਬ ਕੀ ਆ? ਖਾਲਸ ਰਾਜ। ਜੇ ਰਾਜ ਹੀ ਇੱਥੇ ਵਧੀਆ ਹੋ ਗਿਆ, ਲੋਕਾਂ ਨੂੰ ਇਨਸਾਫ਼ ਹੀ ਮਿਲਣ ਲੱਗ ਪਿਆ, ਤਾਂ ਆਪੇ ਖਾਲਸਾ ਦਾ ਰਾਜ ਹੋ ਗਿਆ। ਬਿਲਕੁਲ, ਉਹ ਸਾਰੇ ਮਸਲੇ ਜਿਹਨੂੰ ਲੈ ਕੇ ਫਿਲਹਾਲ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਸਵਾਲ ਉੱਠਣ ਲੱਗ ਗਏ ਸੀ, MP ਬਣੇ ਨੇ, ਔਰ ਆਉਂਦਾ ਸਮਾਂ ਕੀ ਕੁਝ ਉਹਨਾਂ ਵਾਸਤੇ ਲੈ ਕੇ ਆਵੇਗਾ, ਦੱਸਦੇ ਰਹਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।